ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਹੁਣ ਲੋਕ ਇੰਨੇ ਅੱਕੇ ਹੋਏ ਨੇ ਕਿ ਆਪ ਹੀ ਚੋਰਾਂ ਨੂੰ ਲੱਭਣ ਲੱਗ ਪਏ ਨੇ। ਪੁਲਿਸ ਤਾਂ ਖੈਰ ਆਪਣੀ ਕਾਰਵਾਈ ਕਰ ਹੀ ਰਹੀ ਹੈ, ਪਰ ਅੱਕੇ ਹੋਏ ਲੋਕਾਂ ਨੇ ਖੁਦ CCTV ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ, ਚੋਰਾਂ ਦੀਆਂ ਪੈੜਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਅਜਿਹਾ ਹੀ ਕੁਝ ਕਰਦੇ ਹੋਇਆ ਕਪੂਰਥਲਾ ਦੇ ਪਿੰਡ ਰਾਜਪੁਰ ਦੇ ਇੱਕ ਨੌਜਵਾਨ ਨੇ, ਜਿਸ ਦੀ ਮੱਝ ਚੋਰੀ ਹੋ ਗਈ ਸੀ, ਕਾਫੀ ਸਮਾਂ ਲਗਾ ਕੇ CCTV ਵੀਡੀਓ ਖੰਗਾਲ ਕੇ ਪੈੜਾਂ ਨੱਪਦੇ ਹੋਏ ਚੋਰਾਂ ਤੱਕ ਪਹੁੰਚੇ ਤੇ ਚੋਰਾਂ ਨੂੰ ਫੜ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਾਲਾਂਕਿ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿ ਜਿਨ੍ਹਾਂ ਨੌਜਵਾਨਾਂ ਨੂੰ ਫੜਿਆ ਗਿਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਨੇ ਹੀ ਮੱਝਾਂ ਚੁਰਾਈਆਂ ਨੇ ਤੇ ਉਹਨਾਂ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਪਰ ਇਹ ਗੱਲ ਫਿਲਹਾਲ ਕਿਸਾਨਾਂ ਨੇ ਮੂੰਹ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਅੱਕੇ ਹੋਏ ਸੀ ਤੇ ਲਗਾਤਾਰ ਉਹ ਇਹਨਾਂ ਚੋਰਾਂ ਦੇ ਪਿੱਛਾ ਕਰ ਰਹੇ ਸੀ ਤੇ ਜਦੋਂ ਹੱਥ ਆਏ ਨੇ ਤੇ ਉਹਨਾਂ ਦਾ ਜੋ ਹਸ਼ਰ ਹੋਇਆ ਉਹ ਸਭ ਦੇ ਸਾਹਮਣੇ ਹੈ। ਆਖਿਰ ਸੁਣਦੇ ਹਾਂ ਕਿ ਕਿਉਂ ਅਜਿਹਾ ਕੀਤਾ ਗਿਆ, ਕੌਣ ਸੀ ਉਹ ਲੋਕ ਜਿਨ੍ਹਾਂ ਨੇ ਚੋਰੀ ਕੀਤੀ ਹੈ ਤੇ ਕਿਸ ਤਰੀਕੇ ਦੇ ਨਾਲ ਪਿੰਡ ਵਾਸੀਆਂ ਨੇ ਇਹਨਾਂ ਚੋਰਾਂ ਦੀ ਭੈੜ ਨੱਪੀ ਹੈ। ਗੁਰਸ਼ਿੰਦਰ ਸਿੰਘ ਨਾਂ ਜੀ ਮੇਰਾ, ਰਾਜਪੁਰ ਪਿੰਡ ਆਪਣਾ। ਕੀ ਤੁਹਾਡਾ ਨੁਕਸਾਨ ਹੋਇਆ ਸੀ ਜਿਹੜਾ ਚੋਰਾਂ? ਆਪਣੀ ਮੱਝ ਖੋਲ ਕੇ ਲੈ ਗਏ ਇਹ, ਤੇ ਮੱਝ ਖੋਲ ਕੇ ਲੈ ਗਏ ਆਪਣੇ ਕੋਈ ਮੁੰਡੇ ਰਾਤ ਚੋਰੀ ਕਰਕੇ ਲੈ ਗਏ ਇੱਥੋਂ। ਆਪਾਂ ਇਹਦਾ ਕੁਤਵਾਲੀ ਪਰਚਾ ਵੀ ਦਰਜ ਕਰਵਾਇਆ, ਦਰਖਾਸਤ ਦਰਜ ਕਰਵਾਈ ਸੀ ਤੇ ਆਪਣੇ ਉੱਥੋਂ ਆਪਣੇ ਨਾਲ ਲੱਗ ਕੇ ਸੱਜਣ ਮਿੱਤਰਾਂ ਲੈ ਕੇ ਅਸੀਂ ਵੀ ਇਹਨਾਂ ਦੀ ਭਾਲ ਕੀਤੀ। ਤੁਸੀਂ ਖੁਦ ਆਪ? ਆਪ ਭਾਲ ਕੀਤੀ ਵੀ ਭਾਲ ਕਰਕੇ ਨਾਲ ਸਾਡੇ, ਚਲੋ ਪੁਲਿਸ ਦਾ ਸਹਿਯੋਗ ਸੀ ਸਾਡੇ ਨਾਲ ਵੀ ਭਾਲ ਕਰਕੇ ਅਸੀਂ ਬੰਦੇ ਲੱਭੇ, ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ ਜੀ। ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ? ਬਸ ਜੀ ਏਦਾਂ ਹੀ ਉਹਨਾਂ ਦੀ ਪੈੜ ਤੇ ਵੀ ਏਦਾਂ ਲੱਭਦੇ ਰਹੇ ਦੋ ਚਾਰ ਦਿਨ, ਕੈਮਰੇ ਖੋਲੇ ਪਿੰਡਾਂ ਦੇ ਆਸੇ ਪਾਸਿਓਂ ਤੇ ਕੈਮਰਿਆਂ 'ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ। ਉਹ ਜਿਹੜੇ ਕਥਿਤ ਚੋਰ ਸੀ, ਹਾਂਜੀ, ਤੁਹਾਡੇ ਇੱਥੇ ਪਹਿਲਾਂ ਕੰਮ ਕਾਰ ਕਰਨ ਆਉਂਦੇ ਰਹੇ? ਮੇਰੀ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ, ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ। ਮਤਲਬ ਤੁਹਾਨੂੰ ਉਹਨਾਂ ਦੇ ਸ਼ੱਕ ਸੀਗਾ? ਮੈਨੂੰ ਉੱਥੇ ਸ਼ੱਕ ਸੀ ਵੀ ਉਹ ਪੁੱਠੇ ਸਿੱਧੇ ਕੰਮ ਏਦਾਂ ਦੇ ਕਰਦਾ ਵਾ, ਵੀ ਨਸ਼ੇ ਪੱਤੇ ਦਾ ਆਦੀ ਆ, ਵੀ ਏਦਾਂ ਦੇ ਕੰਮ ਕਰਦਾ ਵਾ। ਪੁਲਿਸ ਦਾ ਸਹਿਯੋਗ ਬਹੁਤ ਵਧੀਆ ਹੈ ਸਾਡੇ ਨਾਲ, ਆਪਣੇ ਪਹਿਲੋਂ ਕੁਤਵਾਲੀ ਵਾਲਿਆਂ ਦਾ, ਫਿਰ ਆਪਾਂ ਉਹਨਾਂ ਨੂੰ CA ਸਟਾਫ 'ਚ ਦਰਖਾਸਤ ਦਿੱਤੀ ਵੀ ਆਪਣੇ ਉਹ CA ਸਟਾਫ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ, ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ। ਤੇ ਪੁਲਿਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇੱਦਾਂ ਦੇ ਉਹਨਾਂ ਨੇ ਅਪਰਾਧ ਕੀਤੇ ਸਾਹਮਣੇ ਆਏ ਆ? ਹੁਣ ਮੰਨਣ ਤਾਂ ਦਿਆ ਲਾਗੇ ਲਾਗੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ, ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਮਨਾ ਲੈਣਾ ਜੀ। ਇਸ ਤੁਹਾਡੇ ਇਲਾਕੇ 'ਚ ਪਹਿਲਾਂ ਵੀ ਕੋਈ ਇੱਦਾਂ ਦੀਆਂ ਚੋਰੀਆਂ ਜਾਂ ਵਾਰਦਾਤਾਂ ਜਿੱਦਾਂ ਹੋ ਰਹੀਆਂ ਸੀ? ਵਾਰਦਾਤਾਂ ਸਾਡੇ ਲਾਗੇ ਲਾਗੇ ਬਹੁਤ ਹੋ ਰਹੀਆਂ ਸੀ, ਜਿੱਦਾਂ ਸਾਡੇ ਲਾਗੇ ਭਵਾਨੀ ਅੱਡੇ ਤੇ ਬਹੁਤ ਚੋਰੀਆਂ ਇਹਨਾਂ ਕੀਤੀਆਂ, ਮੰਨ ਵੀ ਰਹੇ ਆ ਵੀ ਅਸੀਂ ਲਾਗੇ ਲਾਗੇ ਮੱਝਾਂ ਖੋਲੀਆਂ। ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਕੁ ਦਾ ਹੋਇਆ ਸੀਗਾ? ਆਪਣੀ ਮੱਝ ਲੱਖ ਸਵਾ ਲੱਖ ਦੀ ਮੱਝ ਲਿਆਂਦੀ ਵੀ ਹੁਣ ਗੱਭਣੇ ਗਾਂ ਸੂਣ ਵਾਲੀ, ਪਿਛਲੇ ਸੀਜ਼ਨ ਲੱਖ ਸਵਾ ਲੱਖ ਦੀ ਮੱਝ ਲਿਆਂਦੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇੱਦਾਂ ਦੀ ਗਰੋਹ ਨੂੰ ਨੱਥ ਪਾਈ ਜਾਵੇ ਵੀ ਗਾਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਪੁਲਿਸ ਵੀ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ, ਪਰ ਪੁਲਿਸ ਦਾ ਬਿਆਨ ਹਾਲੇ ਤੱਕ ਕੋਈ ਸਾਹਮਣੇ ਨਹੀਂ ਆਇਆ, ਕਿਉਂਕਿ ਇੱਕ ਤਸਵੀਰ ਜੇ ਇਸ ਤਰੀਕੇ ਦੀ ਸਾਹਮਣੇ ਆਈ ਹੈ ਕਿ ਨੌਜਵਾਨਾਂ ਦੀ ਕੁੱਟਮਾਰ ਬਹੁਤ ਬੁਰੇ ਤਰੀਕੇ ਨਾਲ ਕੀਤੀ ਗਈ ਹੈ। ਪਰ ਦੂਜੇ ਪਾਸੇ ਪਿੰਡ ਵਾਸੀ ਇਹ ਮੰਨਣ ਤੋਂ ਇਨਕਾਰ ਕਰ ਰਹੇ ਨੇ ਕਿ ਉਹਨਾਂ ਵੱਲੋਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਖੈਰ ਇਸ ਮਾਮਲੇ ਵਿੱਚ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਹੋਵੇਗਾ। ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ, ਔਨ ਏਅਰ।